ਲੁਧਿਆਣਾ ਦੇ ਹੈਬੋਵਾਲ ਖੇਤਰ ਦੇ ਰਿਸ਼ੀਨਗਰ ਵਿੱਚ ਚੱਲ ਰਹੇ ਇੱਕ ਵਿਆਹ ਸਮਾਰੋਹ ਵਿੱਚ ਉਸ ਸਮੇਂ ਹੰਗਾਮਾ ਮਚਾ ਦਿੱਤਾ ਜਦੋਂ ਬਰਾਤੀਆਂ ਨਾਲ ਇੱਕ ਆਈ ਲੜਕੀ ਆਪਣੇ ਦੋਸਤ ਨਾਲ ਵਿਆਹ ਦੀ ਰਸਮ ਤੋਂ ਭੱਜ ਗਈ। ਜਿਵੇਂ ਹੀ ਇਸ ਕੁੜੀ ਦੇ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਹਰ ਕੋਈ ਪਰੇਸ਼ਾਨ ਹੋ ਗਿਆ। ਜਦੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਪੁਲਿਸ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ ਹੈ। ਬਰਾਤ ਹੁਸ਼ਿਆਰਪੁਰ ਟਾਂਡਾ ਤੋਂ ਆਈ ਜੀ। ਵਾਕਿਆ ਇਹ ਲੜਕੀ ਨੇ ਤੈਨੂੰ ਦੱਸ ਹੀ ਦਿੱਤਾ ਵੀ ਉਹ ਇਹ ਬਾਹਰ ਨੂੰ ਏਅਰਿੰਗ ਦਾ ਕੁੜੀ ਦਾ ਗਿਰ ਗਿਆ ਸੀ, ਉਹ ਲੈਣ ਆਏ ਆ ਅਤੇ ਉਹ ਜਦੋਂ ਲੈਣ ਆਏ ਤਾਂ ਉਹ ਦੋ ਜੋ ਮੁੰਡੇ ਬਾਈਕ 'ਤੇ ਸੀ, ਉਹ ਲੜਕੀ ਦੱਸ ਰਹੀ ਆ ਵੀ ਉਹ ਉਹਨਾਂ ਨੇ ਆਵਾਜ਼ ਲਗਾਈ ਕੁੜੀ ਨੂੰ ਅਤੇ ਉਹ ਕੁੜੀ ਉਹਨਾਂ ਕੋਲ ਚੱਲ ਗਈ ਤਾਂ ਉਹ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ। ਬਸ ਇਹ ਵਾਕਿਆ ਹੋਇਆ। ਹਾਂਜੀ, ਕੁੜੀ ਬਰਾਤ ਨਾਲ ਹੀ। ਬਰਾਤੀ ਉਹ ਮੁੰਡੇ ਦੇ ਚਾਚੇ ਦੀ ਕੁੜੀ ਹੈ ਜੀ, ਇਹ ਮਾਮੇ ਦੀ ਕੁੜੀ ਹੈ ਜੀ। ਹਾਂਜੀ ਹਾਂਜੀ। ਨਹੀਂ, ਮੁੰਡਿਆਂ ਦੇ ਬਾਰੇ ਨਹੀਂ ਪਤਾ ਕੋਈ ਵੀ। ਸ਼ੱਕ ਹੁਣ ਕੀ ਕਹਿ ਸਕਦੇ, ਕਿਹਦੇ ਨਾਲ ਗਈ ਉਹ? ਸਾਨੂੰ ਫੋਨ 'ਤੇ ਇਤਲਾਹ ਮਿਲੀ ਸੀ ਕੋਈ ਲੜਕੀ ਮਿਸ ਹੈ, ਹੋ ਗਈ ਇੱਥੋਂ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਇਹ ਪਤਾ ਲੱਗਿਆ ਵੀ ਲੜਕੀ ਆਪਣੀ ਮਰਜ਼ੀ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਦੋ ਲੜਕਿਆਂ ਨਾਲ ਗਈ ਹੈ। ਠੀਕ ਹੈ, ਬਾਕੀ ਅੰਦਰੋਂ ਅਜੇ ਬਰਾਤ ਵਾਲਿਆਂ ਤੋਂ ਪੁੱਛ ਗਿੱਛ ਕਰ ਰਹੇ ਹਾਂ, ਪੂਰੀ ਗੱਲ ਦਾ ਪਤਾ ਬਾਅਦ 'ਚ ਲੱਗੂਗਾ। ਹੁਸ਼ਿਆਰਪੁਰ ਤੋਂ ਆਈ ਹੈ ਜੀ। ਹੁਣ ਤੱਕ ਤਾਂ ਤਫਤੀਸ਼ ਤੋਂ ਇਹੀ ਪਤਾ ਲੱਗਿਆ, ਬਾਕੀ ਤਫਤੀਸ਼ ਕਰ ਰਹੇ ਹਾਂ ਤਫਤੀਸ਼ ਪੁੱਛ ਗਿੱਛ ਕਰਦੇ ਹਾਂ ਜੀ ਕੁੜੀ ਦੇ ਪਿਤਾ ਜੀ ਤੋਂ, ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸਿਆ ਜਾਊਗਾ ਉਹਦੇ ਬਾਰੇ। ਕੁੜੀ ਵਾਲੇ ਟਾਂਡੇ ਦੇ ਨੇ ਜੀ।